अगे वधदियां तुहानूं गल करदी हां फिरोजपुर तो खबर है जिथे दो कुत्तियां दी लड़ाई कारण दो परिवार थाने तक पहुंच गए ने। पिंड चौक हरी दी घटना दसी जा रही है। पिंड चौक हरी दे विच कुत्तियां दे भिड़न तो मगरों दो परिवार भी आपस दे विच भिड़ते हुए नजर आए। एक धिर ने तां दूसरी धिर उत्ते पत्थरां दे नाल वार भी कीते हन। तस्वीरां भी तुहानूं जरूर दिखा दईए। पहलां आपस दे विच दो कुत्ते भिड़े ते उस तों बाद इन्हां कुत्तियां दे मालकां ने भिड़ना शुरू कर दिता। कुत्तियां दी लड़ाई दे विवाद कारण दो परिवारक मैंबर बुरी तरह दे नाल जख्मी होए ने। पिटबुल कुत्ते दे मालकां उते परिवार ने गुंडागर्दी दे इल्जाम भी लगाए ने। पुलिस ने मामले दी पड़ताल मगरों कार्रवाई दा भरोसा भी दिता है। ਸਾਡੀ ਪੈਟਬੋਲ ਤੋਂ ਲੜਾਈ ਹੋਈ ਹੈ ਜੀ। ਇਹਨਾਂ ਦਾ ਪੈਟਬੋਲ ਸੀਗਾ ਜੋ ਨਾ ਰਾਜੂਗਾ, ਉਹ ਸਾਡੇ ਘਰ ਆ ਕੇ ਸਾਡੇ ਕੁੱਤੇ ਨਾਲ ਖਿੱਚ ਧੂਤ ਕਾਫੀ ਗੰਭੀਰ ਉਹਨੂੰ ਕਰਤਾ, ਇੰਨੇ ਚੋਟਾਂ ਲਾਈਆਂ, ਲੋਕ ਪਾਇਆ ਹੋਇਆ ਸੀਗਾ। ਮੈਂ ਆਣ ਕੇ ਉਹਦੀ ਸੁੱਟੀ ਮਾਰੀ ਆ ਡਾਂਗ, ਅਤੇ ਇਸੇ ਗੱਲ ਤੋਂ ਇਹਨਾਂ ਨਾਲ ਬਹਿਸ ਬਸਾਈ ਹੋਈ ਹੈ, ਅਤੇ ਬਾਅਦ 'ਚ ਉਹਨੇ ਲੋਕ ਕੀਤਾ ਹੋਇਆ ਸੀਗਾ ਉਹਨੂੰ। ਹਾਂਜੀ, ਬਹੁਤ ਗੰਭੀਰ ਹੋਇਆ ਪਿਆ ਕੁੱਤਾ, ਮਰਨਾ ਵੀ ਹੋਇਆ ਪਿਆ ਤਕਰੀਬਨ। ਅਤੇ ਇਹਨਾਂ ਨੇ ਬਾਅਦ 'ਚੋਂ ਮੇਰੇ ਨੂੰ ਗਲ ਗਲੋਚ ਕੀਤਾ। ਉਦੋਂ ਬਾਅਦ ਪਿੱਛੋਂ ਆਇਆ ਕੋਈ ਇਹਨਾਂ ਦਾ ਮੁੰਡਾ, ਉਹਨੇ ਮੇਰੇ ਡਾਂਗ ਮਾਰਤੀ, ਅਤੇ ਬਾਅਦ 'ਚੋਂ ਜੀਵਨ ਇਹਨਾਂ ਦੇ ਕੁਛ ਮੁੰਡੇ ਆਏ, ਇਹਨਾਂ ਨੇ ਲਗਾਤਾਰ 3-4 ਸੱਟਾਂ ਮਾਰੀਆਂ ਮੇਰੇ। ਇਹਨਾਂ ਨੂੰ ਮੈਂ ਪੰਚਾਇਤੀ ਤੌਰ 'ਤੇ ਪੰਚਾਇਤ ਮੈਂਬਰ ਨੇ ਇਹਨਾਂ ਨੂੰ ਮੈਂ ਕਈ ਵਾਰੀ ਇਹਨਾਂ ਦੇ ਘਰ ਜਾ ਕੇ ਕਿਹਾ ਵੀ ਭਾਈ ਇਹ ਕੁੱਤੇ ਨੂੰ ਤੁਸੀਂ ਛੱਡ ਦਿਓ ਜਾਂ ਇਹਨੂੰ ਕਿਤੇ ਜਮ੍ਹਾਂ ਕਰਾਓ, ਪਰ ਇਹਨਾਂ ਨੇ ਸਾਡੀ ਇੱਕ ਵੀ ਨਹੀਂ ਸੁਣੀ, ਅੱਗੋਂ ਸਾਨੂੰ ਗਾਲੀ ਗਲੋਚ ਕੀਤਾ। ਰਾਤ ਨੂੰ ਜਾ ਕੇ ਮੈਂ ਦੇਖਿਆ ਜਦੋਂ ਕਿ ਉਹ ਗਲੀ ਦੇ ਵਿੱਚ ਕੁੱਤੇ ਘੁੰਮਦੇ ਜਿਹੜੇ ਆਪਸ 'ਚ ਲੜੇ ਨੇ, ਉਹਦੇ ਤੋਂ ਆਪਸ 'ਚ ਦੋਵਾਂ ਪਾਰਟੀਆਂ ਦਾ ਟਕਰਾਅ ਹੋਇਆ ਸੀ, ਅਤੇ ਅਸੀਂ ਮੌਕੇ 'ਤੇ ਜਾ ਕੇ ਸਾਰਾ ਮੌਕਾ ਦੇਖ ਕੇ ਆ ਗਏ ਸੀ। ਬਾਕੀ ਉਹਨਾਂ ਦੇ ਬਲੰਟ ਸੱਟਾਂ ਆਈਆਂ ਸੀ, ਉਹਨਾਂ ਦੀ ਰਬਟ ਪਾ ਦਿੱਤੀ ਗਈ ਹੈ ਜੀ, ਜੋ ਬਣਦੀ ਕਾਰਵਾਈ ਸੀ ਉਹ ਕਰਤੀ।